2 ਲੱਖ ਰੁਪਈਆ ਰੋਜ਼ ਦੀ ਇਨਕਮ ਸੀਗੀ ਅਤੇ ਨਾਲ ਤਾਂ ਸੂਈ ਨਹੀਂ ਜਾਣੀ। 63 ਸਾਲ ਦਾ ਸੀ ਮੈਂ, ਕਈ ਮਰ ਗਏ ਮੇਰੇ ਨਾਲ ਦੇ, ਮੈਂ ਵੀ ਮਰ ਜਾਣਾ ਕੀ ਕਰਾਂਗਾ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ। ਅਤੇ ਮੈਂ ਫਿਰ ਬਾਬਾ ਜੀ ਅਰਦਾਸ ਕੀਤੀ ਅਤੇ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੈਨੂੰ ਇਹ ਰਸਤਾ ਦਿਖਾਇਆ। ਬਿਜ਼ਨਸ ਮੇਰਾ ਇੰਗਲੈਂਡ 'ਚ ਹੈ, ਸੋ ਉਹ ਬੱਚੇ ਕਰਦੇ ਸੰਭਾਲਦੇ ਆ, ਮੈਂ ਤਾਂ 12 ਸਾਲ ਹੋ ਗਏ ਛੱਡ ਆਇਆ ਵੀ ਜੀ। ਅਤੇ ਇੱਥੇ ਪਿਓਰ ਸੇਵਾ ਹੈ ਸਾਡੇ ਕੋਲ, ਐਜੂਕੇਟ ਪੰਜਾਬ ਪ੍ਰੋਜੈਕਟ। ਪੰਜਾਬ ਨੂੰ ਪੜ੍ਹਾਈ ਦੀ ਲੋੜ ਹੈ ਅਤੇ ਪੜ੍ਹਾਈ ਕਰਾਈਏ ਅਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਗੁਰੂ ਨਾਲ ਜੂਝ ਜੋੜੀਏ ਤਾਂ ਕਿ ਕੱਲ੍ਹ ਨੂੰ ਬੱਚੇ ਡਿਸਿਪਲਿਨ 'ਚ ਰਹਿਣ। ਉਹਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਅੱਜ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਹਦੇ ਵਿੱਚ ਸਾਇੰਸ, ਆਰਟਸ ਅਤੇ ਲੈਂਗੁਏਜਿਸ ਦੇ ਉੱਪਰ ਬੱਚਿਆਂ ਨੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕੀਤਾ, ਕਿਉਂਕਿ ਇਹਦੇ ਵਿੱਚ ਸਿੱਖਣ ਨੂੰ ਬੜਾ ਕੁਛ ਹੈ। ਅਤੇ ਸਾਡਾ ਇੱਕੋ ਹੀ ਮੋਟਿਵ ਸੀ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਜਦੋਂ ਇਸ ਸੰਸਥਾ ਨੂੰ ਆਰੰਭ ਕੀਤਾ, ਇੱਕੋ ਮੋਟਿਵ ਦੇ ਨਾਲ ਕਿ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਉਣਾ ਹੈ ਅਤੇ ਉੱਥੇ ਤੱਕ ਲੈ ਕੇ ਜਾਣਾ ਜਿੱਥੇ ਤੱਕ ਵੀ ਇੱਕ ਜਿਹੜੇ ਹੈਗੇ ਨਾ ਕਿ ਅਸੀਂ ਕਹੀਏ ਕਿ ਇੱਕ ਚੰਗੇ ਅਹੁਦਿਆਂ ਤੱਕ ਬੱਚੇ ਪਹੁੰਚ ਸਕਣ। ਹੁਣ ਤੁਸੀਂ ਦੇਖ ਰਹੇ ਹੋ ਜੇ ਲੋਕ ਵਿਦੇਸ਼ਾਂ ਦੀ ਕਹਿ ਲਓ ਪੜ੍ਹਾਈ ਨੂੰ ਇੰਨਾ ਕਿਉਂ ਕਰਦੇ ਆ ਕਿ ਉੱਥੇ ਪ੍ਰੈਕਟੀਕਲ ਹੁੰਦਾ, ਤਾਂ ਅਸੀਂ ਵੀ ਕਿਹਾ ਕਿ ਕੁਛ ਇਹਦੀ ਪ੍ਰੈਕਟੀਕਲ ਚੀਜ਼ ਜਿਹੜੀ ਹੈ ਉਹ ਸਾਹਮਣੇ ਰੱਖੀਏ ਕਿ ਅਗਰ ਸਪੋਜ਼ਿੰਗ ਬੱਚਾ ਐਡੀਸ਼ਨ ਕਰ ਰਿਹਾ ਹੈ ਨਾ, ਅਤੇ ਉਹ ਐਡ ਕਰ ਰਿਹਾ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਕਿ ਦੋ ਬੋਲਸ ਇੱਧਰ ਪਈਆਂ, ਦੋ ਬੋਲਸ ਇੱਧਰ ਪਈਆਂ, ਤਾਂ ਟੋਟਲ 4 ਹੋ ਗਿਆ। ਤਾਂ ਮਾਡਲ ਦੇ ਥਰੂ ਬੱਚੇ ਨੂੰ ਥੋੜ੍ਹਾ ਜਲਦੀ ਸਮਝ ਆ ਜਾਂਦਾ। 54 ਸਾਲ ਪਹਿਲੇ ਇਹ ਪੰਜਾਬ ਅਨਪੜ੍ਹ ਅਤੇ ਕਲਕੱਤਾ ਮਦਾਸ ਬੰਗਲੌਰ ਵੀ ਅਨਪੜ੍ਹ, ਅੱਜ ਕਲਕੱਤਾ ਮਦਾਸ ਬੰਗਲੌਰ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ, ਅਤੇ ਪੰਜਾਬ ਕਿਉਂ ਸਾਡਾ ਅਨਪੜ੍ਹ ਰਹਿ ਗਿਆ? ਤੋ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਮੈਂ ਖਾਲੀ ਪੰਜਾਬ ਵਾਸਤੇ ਨਹੀਂ ਫਿਰਦਾ ਪਿਆ, ਮੇਰੇ ਕੋਲ ਰਾਜਸਥਾਨ ਦੇ ਬੱਚੇ ਵੀ ਪੜ੍ਹ ਰਹੇ ਆ, 2 ਸਕੂਲ ਖੁੱਲ੍ਹੇ ਸਾਡੇ ਉੱਥੇ, 8 ਸਕੂਲ ਫ੍ਰੀ ਸਾਡੇ, ਕੋਈ ਪੈਸਾ ਤਾਂ ਨਹੀਂ ਲੈਣਾ। ਔਰ ਬਸ ਇਹ ਮੇਰੇ ਕੋਲ ਸੇਵਾ ਮਾਰਾ ਲੈ ਰਿਹਾ, ਔਰ ਇਹਨੂੰ ਦੇਖੋ ਦੇਖੀ ਅੱਜ ਬਹੁਤ ਸਾਰੇ ਪ੍ਰਚਾਰਕ ਵੀ ਕਹਿਣ ਲੱਗ ਪਏ ਆ ਕਿ ਹੁਣ ਐਜੂਕੇਸ਼ਨ ਦਾ ਲੰਗਰ ਲਾਈਏ, ਮੇਰੇ ਵਗੈਰਾ ਰੱਜਿਆਂ ਨੂੰ ਨਹੀਂ ਰਜਾਉਣ ਦੀ ਲੋੜ ਹੋਰ। ਦਾਸ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਤੋਂ 55 ਸਾਲ ਦਾ ਸਮਾਂ ਇੰਗਲੈਂਡ ਲਗਾ ਕੇ ਦੁਨੀਆ ਸਾਰੀ ਫਿਰ ਕੇ ਗੁਰੂ ਦਾ ਹੁਕਮ ਮੰਨਦਾ ਹੋਇਆ ਆਪਣਾ ਪੰਜਾਬ ਵਿੱਚ ਸੇਵਾ ਕਰ ਰਿਹਾ ਜੀ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਸੋ ਮੈਂ ਇੱਥੇ ਜਸਬੀਰ ਸਿੰਘ ਖਾਲਸਾ ਜੀ ਦਾ ਥਾਪੜਾ ਲੈ ਕੇ ਅਤੇ ਪਿਛਲੇ 12-13 ਸਾਲਾਂ ਤੋਂ ਵੀ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਅਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਪਰਮਾਤਮਾ ਨਾਲ ਵੀ ਜੋੜੀਏ ਤਾਂ ਕਿ ਕੱਲ੍ਹ ਡਾਕਟਰ ਬਣੇ ਅਤੇ ਫਿਰ ਕਿਡਨੀਆਂ ਵੇਚਣ ਵਾਲਾ ਨਾ ਹੋਵੇ, ਜੱਜ ਬਣੇ ਅਤੇ ਰਿਸ਼ਵਤ ਲੈਣ ਵਾਲਾ ਨਾ ਹੋਵੇ। ਤੋ ਇੱਦਾਂ ਦੀ ਸੇਵਾ ਮੇਰੇ ਕੋਲ ਟੀਮ ਹੈ ਪੂਰੀ ਹੈ, ਕੁਲਵੰਤ ਮੈਮ ਪ੍ਰਿੰਸੀਪਲ ਹੈ ਇੱਥੇ, ਇਹ ਡੋਨਰਸ ਹੈਗੇ ਸਾਡੇ ਕੋਲ ਖਲੋਤੇ, ਬੜੇ ਬੜੇ ਪਿਆਰੇ ਵੀਰ ਜਿਨ੍ਹਾਂ ਨੇ ਇਸ ਧੰਦੇ ਨੂੰ ਦੇਖ ਲਿਆ ਕਿ ਵਾਕਈ ਸੱਚਾ ਧੰਦਾ ਹੈ। ਇੱਥੇ ਕੋਈ ਬਿਜ਼ਨਸ ਨਹੀਂ ਹੈ ਮੇਰਾ, ਬਿਜ਼ਨਸ ਮੇਰਾ ਇੰਗਲੈਂਡ 'ਚ ਹੈ, ਸੋ ਉਹ ਬੱਚੇ ਕਰਦੇ ਸੰਭਾਲਦੇ ਆ, ਮੈਂ ਤਾਂ 12 ਸਾਲ ਹੋ ਗਏ ਛੱਡ ਆਇਆ ਵੀ ਜੀ। ਅਤੇ ਇੱਥੇ ਪਿਓਰ ਸੇਵਾ ਹੈ ਸਾਡੇ ਕੋਲ, ਐਜੂਕੇਟ ਪੰਜਾਬ ਪ੍ਰੋਜੈਕਟ। ਪੰਜਾਬ ਨੂੰ ਪੜ੍ਹਾਈ ਦੀ ਲੋੜ ਹੈ ਅਤੇ ਪੜ੍ਹਾਈ ਕਰਾਈਏ ਅਤੇ ਬੱਚਿਆਂ ਨੂੰ ਥੋੜ੍ਹਾ ਜਿਹਾ ਗੁਰੂ ਨਾਲ ਜੂਝ ਜੋੜੀਏ ਤਾਂ ਕਿ ਕੱਲ੍ਹ ਨੂੰ ਬੱਚੇ ਡਿਸਿਪਲਿਨ 'ਚ ਰਹਿਣ। ਸੋ ਇਸ ਤਰ੍ਹਾਂ ਇਹ ਵੀਰ ਜੀ 2017 ਤੋਂ ਸਾਡੇ ਕੋਲ ਜੁੜੇ ਹੋਏ ਆ, ਬੇਸ਼ੱਕ ਇਹਨਾਂ ਕੋਲ 2 ਵਜਨ ਸੁਣੋ ਤਾਂ ਕਿ ਇਹਨਾਂ ਨੂੰ ਥੱਲੀ ਹੈ ਕਿ ਆਪਾਂ ਕਿੱਦਾਂ ਦਾ ਕੰਮ ਕਰ ਰਹੇ ਹਾਂ। ਇਹ ਕੁਲਵੰਤ ਮੈਮ ਜੀ ਚਲਾ ਰਹੇ ਆ, ਵੀਰ ਮੇਰੇ ਹੋਰ ਇੱਥੇ ਆਏ ਆ ਜਿਹੜੇ ਬਹੁਤ ਸਪੋਰਟ ਕਰਦੇ ਆ, ਇਹ ਬੱਚੀ ਜੀ ਇਹਦੀ ਬੱਚੇ ਪੜ੍ਹ ਰਹੇ ਆ ਇੱਥੇ, ਤਾਂ ਕਿ ਇਹਨਾਂ ਕੋਲ ਤੁਸੀਂ ਪੁੱਛ ਕੇ ਅਤੇ ਕਰ ਸਕਦੇ ਹੋ ਕਿ ਵਾਕਈ ਇੱਥੇ ਇੱਕ ਪੈਸਾ ਫੀਸ ਨਹੀਂ ਲਈ ਜਾਂਦੀ, ਕੋਈ ਕਿਤਾਬਾਂ ਦੇ ਪੈਸੇ ਨਹੀਂ, ਕੋਈ ਬੈਗ ਦੇ ਪੈਸੇ ਨਹੀਂ, ਕੋਈ ਕੁਛ ਨਹੀਂ। ਇਹ ਸਾਰਾ ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਆ ਜਾਏ ਹੋ ਇੱਥੇ, ਅਸੀਂ ਐਗਜੀਬਿਸ਼ਨ ਲਾਈ ਹੈ, ਜੋ ਬੱਚਿਆਂ ਨੇ ਪਿੱਛੇ ਪੜ੍ਹਾਈਆਂ ਕਰਕੇ ਕਿੰਨੇ ਸੋਹਣੇ ਕੰਮ ਕੀਤੇ ਆ ਬੱਚਿਆਂ ਨੇ, ਉਹ ਅੱਜ ਦੇਖਣ ਵਾਲੇ ਸਾਰੇ ਪੇਰੈਂਟਸ ਆਏ। ਮਨ ਨੂੰ ਤਸੱਲੀ ਕੀ, ਦੇਖੋ ਜੀ ਮੈਂ ਤਾਂ ਬਾਣੀ ਦੀ ਤੁੱਕ ਸੁਣਾ ਦੇਣਾ ਹੁਣਾ, ਜੇ ਮੇਰੀ ਕਹਾਣੀ ਜੇ ਭਿਖਾਰੀ ਤੋਂ ਰਾਜਾ, ਅਤੇ ਰਾਜਾ ਬਣਨ ਤੋਂ ਬਾਅਦ ਉਹ ਸੁੱਖ ਮੈਨੂੰ ਰਾਜਾ ਬਣ ਕੇ ਨਹੀਂ ਮਿਲਿਆ, ਇਹ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾਲ ਲਈਏ। ਅਤੇ ਮੈਂ ਤਾਂ ਖੀਲੇ ਸਵਾਸਥ ਕੇ ਸੇਵਾ ਕਰਨ ਨਿਕਲਿਆ ਵਾਂ, ਅੱਜ ਪੰਜਾਬ ਵਾਲਿਆਂ ਨੂੰ ਕੀ ਸਾਰੀ ਦੁਨੀਆ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ, ਆਓ ਆਪਣੇ ਪੰਜਾਬ ਨੂੰ ਇੱਕ ਇੱਕ ਬੱਚੇ ਦੀ ਬਾਂਹ ਫੜ ਕੇ ਪੜ੍ਹਾਈ ਕਰਾ ਦਿਓ, ਮੈਨੂੰ ਪੈਸੇ ਨਾ ਦਿਓ, ਅੱਜ ਧਰਮ ਦੇ ਨਾਂ 'ਤੇ ਬਹੁਤ ਲੁੱਟ ਖਸੁੱਟ ਹੋ ਰਹੀ ਜੇ, ਅਤੇ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਕਿਉਂਕਿ 55 ਸਾਲ ਪਹਿਲੇ ਇਹ ਪੰਜਾਬ ਅਨਪੜ੍ਹ ਅਤੇ ਕਲਕੱਤਾ ਮਦਾਸ ਬੰਗਲੌਰ ਵੀ ਅਨਪੜ੍ਹ,
ਅੱਜ ਕਲਕੱਤਾ ਮਦਾਸ ਬੰਗਲੌਰ ਦਾ ਮਜ਼ਦੂਰ ਅੰਗਰੇਜ਼ੀ ਬੋਲਦਾ ਅਤੇ ਪੰਜਾਬ ਕਿਉਂ ਸਾਡਾ ਅਨਪੜ੍ਹ ਰਹਿ ਗਿਆ? ਤੋ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਮੈਂ ਖਾਲੀ ਪੰਜਾਬ ਵਾਸਤੇ ਨਹੀਂ ਫਿਰਦਾ ਪਿਆ, ਮੇਰੇ ਕੋਲ ਰਾਜਸਥਾਨ ਦੇ ਬੱਚੇ ਵੀ ਪੜ੍ਹ ਰਹੇ ਆ, ਦੋ ਸਕੂਲ ਖੁੱਲ੍ਹੇ ਸਾਡੇ ਉੱਥੇ, 8 ਸਕੂਲ ਫਰੀ ਸਾਡੇ, ਕੋਈ ਪੈਸਾ ਤਾਂ ਲੈਣ ਲੈਣਾ, ਔਰ ਬਸ ਇਹ ਮੇਰੇ ਕੋਲ ਸੇਵਾ ਮਾਰਾ ਲੈ ਰਿਹਾ, ਔਰ ਇਹਨੂੰ ਦੇਖੋ ਦੇਖੀ ਅੱਜ ਬਹੁਤ ਸਾਰੇ ਪ੍ਰਚਾਰਕ ਵੀ ਕਹਿਣ ਲੱਗ ਪਏ ਆ ਕਿ ਹੁਣ ਐਜੂਕੇਸ਼ਨ ਦਾ ਲੰਗਰ ਲਾਈਏ, ਮੇਰੇ ਵਗੈਰਾ ਰੱਜਿਆਂ ਨੂੰ ਨਹੀਂ ਰਜਾਉਣ ਦੀ ਲੋੜ ਹੋਰ, ਹੈ ਨਾ? ਅਤੇ ਅੱਜ ਬਹੁਤ ਜ਼ਿਆਦਾ ਅਸੀਂ ਵੇਸਟੇਜ ਕਰ ਰਹੇ ਹਾਂ, ਗੁਰਦੁਆਰੇ ਮੰਦਰ ਮਾਫ਼ ਕਰਨਾ ਸਭ ਬਣਾਉਣੇ ਆ, ਅਤੇ ਬੱਚਾ ਦਾ ਹੁਣ ਬਹਿੰਦਾ ਨਹੀਂ ਗੁਰਦੁਆਰੇ, ਸੋ ਮੈਂ ਕਹਿੰਦਾ ਕਿ ਹੁਣ ਬੱਚਿਆਂ ਨੂੰ ਪੜ੍ਹਾਈਏ ਵੀ ਤਾਂ ਥੋੜ੍ਹਾ ਜਿਹਾ ਪਰਮਾਤਮਾ ਨਾਲ ਵੀ ਜੋੜੀਏ, ਤੋ ਹਰ ਧਰਮ ਦਾ ਬੱਚਾ ਅਸੀਂ ਲੈਂਦੇ ਹਾਂ, ਮੈਨੂੰ ਕੋਈ ਕਿਸੇ ਦੂਜੇ ਧਰਮ ਨੂੰ ਨਹੀਂ ਛੇੜਨਾ, ਮਤਲਬ ਕਿ ਆਪਣਾ ਆਪਣੇ ਧਰਮ 'ਚ ਪੱਕੇ ਰਹੋ, ਪਰ ਅਸੀਂ ਪੜ੍ਹਾਈਆਂ ਵੱਡੀਆਂ ਵੱਡੀਆਂ ਕਰੀਏ, ਇਹ ਚੀਜ਼ ਮੇਰੇ ਅੰਦਰ ਬੜੇ ਚਿਰ ਤੋਂ ਪੈਦਾ ਹੋਈ ਹੋਈ ਹੈ, ਸੋ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ, ਕਿਉਂਕਿ ਅੱਜ ਮੈਂ ਵੀ ਸ਼ਾਇਦ ਲੰਗਰਾਂ 'ਤੇ ਲਾਈ ਜਾਂਦਾ ਪੈਸਾ ਸਾਰਾ, ਕਿਉਂਕਿ ਮੇਰੀ ਮਹਾਰਾਜ ਦਾ ਹੁਕਮ, ਬਸ ਭਿਖਾਰੀ ਤੋਂ ਰਾਜਾ ਬਣਨ ਤੋਂ ਬਾਅਦ 2 ਲੱਖ ਰੁਪਇਆ ਰੋਜ਼ ਦੀ ਇਨਕਮ ਸੀਗੀ, ਅਤੇ ਨਾਲ ਤਾਂ ਸੂਈ ਨਹੀਂ ਜਾਣੀ, 63 ਸਾਲ ਦਾ ਸੀ ਮੈਂ, ਕਈ ਮਰ ਗਏ ਮੇਰੇ ਨਾਲ ਦੇ, ਮੈਂ ਵੀ ਮਰ ਜਾਣਾ ਕੀ ਕਰਾਂਗਾ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ, ਅਤੇ ਮੈਂ ਫਿਰ ਬਾਬਾ ਜੀ ਕੀ ਅਰਦਾਸ ਕੀਤੀ, ਅਤੇ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੈਨੂੰ ਇਹ ਰਸਤਾ ਦਿਖਾਇਆ, ਅਤੇ ਉਦੋਂ ਤੋਂ ਮੈਂ ਇੱਥੇ ਆ ਕੇ ਆਉਣ ਵਾਲੀ ਪਨੀਰੀ ਬੱਚੇ ਵਿਚਾਰੇ ਲੋੜਵੰਦ ਘਰਾਂ ਦੇ ਬੱਚੇ ਚੁਣੀ ਦੇਣ, ਅਤੇ ਇੱਥੇ ਆ ਸਕੂਲ ਜਿਹੜਾ ਹੈਗਾ ਇਹ ਤਾਂ ਦੁਨੀਆ 'ਚ ਮਸ਼ਹੂਰ ਸਕੂਲ ਹੈ, ਅਤੇ ਇੱਦਾਂ ਸਕੂਲ ਖੋਲ੍ਹਣ ਦੀ ਲੋੜ ਹੈ ਪੰਜਾਬ 'ਚ, ਘੱਟੋ ਘੱਟ 100 ਸਕੂਲ ਖੋਲ੍ਹੀਏ, ਔਰ ਪੰਜਾਬ ਦੇ ਪਿੰਡਾਂ 'ਚ ਕੋਈ ਪ੍ਰਚਾਰਕ ਨਹੀਂ ਜਾ ਰਿਹਾ, ਮੈਂ ਕਹਿੰਦਾ ਕਿ ਪਿੰਡਾਂ 'ਚ ਜਾਈਏ, ਜਾ ਕੇ ਉੱਥੇ ਲੋੜਵੰਦ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਕਿਉਂਕਿ 12ਵੀਂ ਤੱਕ ਤਾਂ ਪੜ੍ਹਾ ਲੈਂਦੇ ਸਰਕਾਰੀ ਸਕੂਲਾਂ 'ਚ, ਅਤੇ ਉਸ ਤੋਂ ਬਾਅਦ 2-2.5 ਹਜ਼ਾਰ ਦੀ ਨੌਕਰੀ ਲੱਗ ਜਾਂਦੇ ਬੱਚੇ, ਨਹੀਂ ਇਹ ਬੜੇ ਬੜੇ ਅੱਗੇ ਜਾ ਸਕਦੇ ਆ, ਕਿਉਂਕਿ ਜੇ ਮੇਰਾ ਬੇਟਾ ਲੰਡਨ ਸਕੂਲ ਆਫ ਇਕਨੋਮਿਕਸ ਤੋਂ MBA ਕਰਕੇ ਉਹ ਖੰਡ ਪਾਠ ਵੀ ਕਰਦਾ, ਕੀਰਤਨ ਵੀ ਕਰਦਾ, 105 ਅੰਗਰੇਜ਼ਾਂ ਨੂੰ ਨੌਕਰੀ ਦੇ ਕੇ ਬੈਠਾ ਇੰਗਲੈਂਡ ਦੀ ਧਰਤੀ 'ਤੇ, ਇਹ ਗੁਰੂ ਦੀ ਕਿਰਪਾ ਸਾਰੀ, ਸਾਡੇ ਮਾਂ ਪਿਓ ਸਾਨੂੰ ਇਹ ਸਿੱਖਿਆਵਾਂ ਦਿੰਦੇ ਸੀ, ਅਸੀਂ ਛੋਟੇ ਛੋਟੇ ਸੀ, ਮੈਂ 12ਵੀਂ ਕਰਕੇ ਇੱਥੋਂ ਗਿਆ ਸੀਗਾ, ਪਰ ਮੈਂ ਦੇਖਿਆ ਇੱਥੇ ਪੰਜਾਬ 'ਚ ਮਾਤਾ ਪਿਤਾ ਭੁੱਲ ਗਏ ਆਪਣਾ ਫਰਜ਼ ਨਿਭਾਉਣਾ, ਭੁੱਲ ਗਏ, ਭੁੱਲੇ ਕੋ ਗੁਰਮਾਰਗ ਪਾਇਆ, ਅਤੇ ਉਹ ਵੀਰ ਜੀ ਮੈਨੂੰ ਡਿਊਟੀ ਲਾ ਕੇ ਵੀ ਜਾਣਾ, ਭੁੱਲਿਆਂ ਨੂੰ ਵਾਪਸ ਲੈ ਕੇ ਆਉਣਾ, ਇੱਥੇ ਉਹ ਬੱਚੇ ਲੱਗ ਜਾਂਦੇ ਆ, ਫਿਰ ਬੱਚਿਆਂ ਦੇਖ ਕੇ ਮਾਂ ਪਿਓ ਵੀ ਲੱਗ ਪੈਂਦੇ ਆ, ਸੋ ਇਹ ਕਿਰਪਾ ਹੈ, ਇਹ ਸਭ ਗੁਰੂ ਦੀ ਵਡਿਆਈ ਹੈ, ਔਰ ਤੁਹਾਡੇ ਸਾਰੇ ਚੈਨਲ ਵਾਲਿਆਂ ਦੇ ਥਰੂ ਮੈਸੇਜ ਜਾ ਰਿਹਾ, ਅਤੇ ਮੈਂ ਸਾਰੀ ਦੁਨੀਆ ਦੇ ਵੀਰਾਂ ਭੈਣਾਂ ਨੂੰ ਹੀ ਕਹਿੰਦਾ ਬਈ ਆਪਾਂ ਬਾਕੀ ਕੰਮ ਵੀ ਕਰਨੇ ਆ, ਪਰ ਆਓ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਇੱਕ ਇੱਕ ਬੱਚੇ ਦੀ ਬਾਂਹ ਫੜ ਲਓ, ਹਾਂਜੀ ਇਸ ਵੇਲੇ 6,000 ਬੱਚਿਆਂ ਦੀ ਫੀਸਾਂ ਜਾ ਰਹੀਆਂ ਜੇ, ਔਰ ਇੱਕ ਇੱਕ ਬੱਚੇ ਦੇ ਅਕਾਊਂਟ ਪੈਸਾ ਜਾਂਦਾ ਹੈ, ਕੋਈ ਬਿਜ਼ਨਸ ਨਹੀਂ ਧੰਦਾ ਨਹੀਂ ਜੇ, ਔਰ ਮੈਂ 2 ਲੱਖ ਤੋਂ ਵੱਧ ਬੱਚਿਆਂ ਨੂੰ ਥੋੜ੍ਹਾ ਜਿਹਾ ਬਈ ਸਾਡੇ ਮਾਂ ਪਿਓ, ਮੈਨੂੰ ਯਾਦ ਹੈ 6 ਭੈਣ ਭਰਾ 6 ਹਜੇ ਹੈਗੇ ਆ, ਅਤੇ ਸਾਨੂੰ ਕੁੱਟ ਪੈਂਦੀ ਸੀ ਸਕੂਲ ਜਾਣ ਤੋਂ ਪਹਿਲੇ ਜਪਜੀ ਸਾਹਿਬ ਪਾਠ ਕੀਤੇ ਵਗੈਰਾ ਜਾਈਏ ਤੇ, ਕਿਉਂਕਿ ਗੁਰੂ ਦਾ ਹੁਕਮ ਸੀ ਨਾ, ਸਭ ਸਿੱਖਣ ਕੋ ਹੁਕਮ ਹੈ, ਸਿੱਖਣ ਮੀਨ ਸਿੱਖਣ ਵਾਲਾ, ਉਹ ਤਾਂ ਭਾਵੇਂ ਕਿਸੇ ਧਰਮ ਦਾ ਵੀ ਬੱਚਾ ਹੋਵੇ ਨਾ ਜੀ, ਉਹਨੂੰ ਹੁਕਮ ਹੋਇਆ ਸੀਗਾ ਬਈ ਨਾਮ ਜਪੋ ਕਿਰਤ ਕਰੋ ਵੰਡ ਕੇ ਛੱਕੋ, ਹੁਣ ਮੈਂ ਉੱਥੋਂ ਹੁਕਮ ਤੋਂ ਚੱਲਦਾ ਹੋਇਆ ਇਹ ਸੇਵਾ ਕਰ ਰਿਹਾ ਜੀ, ਗੁਰੂ ਸਾਹਿਬ ਕਰਾ ਰਹੇ ਜੀ, ਧੰਨਵਾਦ ਤੁਹਾਡਾ। ਮੇਰਾ ਨਾਮ ਕੁਲਵੰਤ ਕੌਰ ਹੈ। ਮੈਮ ਅੱਜ ਬੱਚਿਆਂ ਨੇ ਐਗਜੀਬਿਸ਼ਨ ਲਗਾਈ, ਹਾਂਜੀ ਹਾਂਜੀ, ਕਿਤੇ ਨਾ ਕਿਤੇ ਬੱਚਿਆਂ ਨੇ ਆਪਣੇ ਹੁਨਰ ਨੂੰ ਬਿਲਕੁਲ, ਜਿਵੇਂ ਅਸੀਂ ਨਾ ਸਾਰੇ ਸਬਜੈਕਟਸ ਇਸ ਐਗਜੀਬਿਸ਼ਨ 'ਚ ਕਵਰ ਕੀਤੇ ਹੈ, ਚਾਹੇ ਆਰਟ ਹੈ, ਚਾਹੇ ਸਾਇੰਸ ਹੈ, ਮੈਥਸ ਹੈ, ਇੰਗਲਿਸ਼ ਦੇ ਮਾਡਲਸ, ਮਤਲਬ ਬੱਚਿਆਂ ਨੇ ਜੋ ਸਿੱਖਿਆ ਨਾ ਉਹਨੂੰ ਇੱਕ ਮਾਡਲਸ ਦੇ ਥਰੂ ਉਹਨਾਂ ਨੇ ਰਿਪ੍ਰਜੈਂਟ ਕਰਨ ਦਾ ਟਰਾਈ ਕੀਤਾ ਹੈ ਨਾ। ਪੰਜਾਬੀ ਦਾ ਵਿਰਾਸਤੀ ਪ੍ਰਦਰਸ਼ਨੀ ਵੀ ਅਸੀਂ ਲਗਾਈਏ, ਅਸੀਂ ਕਲਾ ਪ੍ਰਦਰਸ਼ਨੀ ਵੀ ਲਗਾਈਏ, ਸਾਇੰਸ ਦੇ ਮਾਡਲਸ ਵੀ ਹੈ, ਮੈਥਸ ਦੇ ਮਾਡਲਸ ਵੀ ਹੈ, ਸੋ ਅਸੀਂ ਇਹਦੇ ਥਰੂ ਇਹ ਦੱਸਣ ਦਾ ਯਤਨ ਕੀਤਾ ਕਿ ਬੱਚੇ ਕੀ ਸਿੱਖ ਰਹੇ ਹੈ, ਕਿਸ ਰੂਪ 'ਚ ਸਿੱਖ ਰਹੇ ਹੈ, ਹੈ ਨਾ। ਅਤੇ ਇਹ ਸਾਡਾ ਇੱਕ ਉਪਰਾਲਾ ਹੈ, ਨਵੇਕਲਾ ਜਿਹਾ। ਹਾਂਜੀ ਬੱਚੇ ਹੈਗੇ ਆ, ਹਾਂਜੀ, ਅਗਰ ਅਜਿਹੀਆਂ ਚੀਜ਼ਾਂ ਕਰਨਗੇ, ਹਾਂਜੀ, ਤਾਂ ਕਾਲਜ ਦੀ ਪੜ੍ਹਾਈ ਦੇ ਦੌਰਾਨ ਉਹਨਾਂ ਨੂੰ ਕਾਫੀ, ਬਿਲਕੁਲ ਬਿਲਕੁਲ, ਐਕਚੁਅਲੀ ਹੁਣ ਉਹ ਟਾਈਮ ਨਹੀਂ ਰਿਹਾ ਪੁਰਾਣੇ ਵਾਲਾ ਕਿ ਕ੍ਰੈਮਿੰਗ ਕੀਤੀ, ਰੱਟੇ ਲਗਾਏ ਅਤੇ ਬੱਚੇ ਨੇ ਯਾਦ ਕਰ ਲਿਆ, ਹੁਣ ਬੱਚਿਆਂ ਨੂੰ ਨਾ ਐਕਟੀਵਿਟੀਜ਼ ਦੇ ਥਰੂ ਕਰਵਾਉਣਾ ਪੈਂਦਾ ਹੈ ਨਾ, ਅਤੇ ਪ੍ਰੈਕਟੀਕਲੀ ਬਿਲਕੁਲ। ਹੁਣ ਤੁਸੀਂ ਦੇਖ ਲਓ ਜੇ ਲੋਕ ਵਿਦੇਸ਼ਾਂ ਦੀ ਕਹਿ ਲਓ ਪੜ੍ਹਾਈ ਨੂੰ ਇੰਨਾ ਕਿਉਂ ਕਰਦੇ ਹੈ ਕਿ ਉੱਥੇ ਪ੍ਰੈਕਟੀਕਲ ਹੁੰਦਾ, ਤਾਂ ਅਸੀਂ ਵੀ ਕਿਹਾ ਕਿ ਕੁਛ ਇਹਦੀ ਪ੍ਰੈਕਟੀਕਲ ਚੀਜ਼ ਜਿਹੜੀ ਹੈ ਉਹ ਸਾਹਮਣੇ ਰੱਖੀਏ ਕਿ ਅਗਰ ਸਪੋਜ਼ਿੰਗ ਬੱਚਾ ਐਡੀਸ਼ਨ ਕਰ ਰਿਹਾ ਹੈ ਨਾ, ਅਤੇ ਉਹ ਐਡ ਕਰ ਰਿਹਾ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਕਿ ਦੋ ਬੋਲਸ ਇੱਧਰ ਪਈਆਂ, ਦੋ ਬੋਲਸ ਇੱਧਰ ਪਈਆਂ, ਤਾਂ ਟੋਟਲ 4 ਹੋ ਗਿਆ, ਤਾਂ ਮਾਡਲ ਦੇ ਥਰੂ ਬੱਚੇ ਨੂੰ ਥੋੜ੍ਹਾ ਜਲਦੀ ਸਮਝ ਆ ਜਾਂਦਾ ਹੈ, ਤਾਂ ਦੈਟ ਇਜ਼ ਵਟ ਵੀ ਆਰ ਟਰਾਇੰਗ ਟੂ, ਹੈ ਨਾ।
ਮੇਰਾ ਨਾਮ ਜਸਪ੍ਰੀਤ ਕੌਰ ਹੈ ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਸਕੂਲ ਚੱਲ ਰਿਹਾ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਆਫ ਚੱਜੀ ਫਾਊਂਡੇਸ਼ਨ, ਉਹਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਅੱਜ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਹਦੇ ਵਿੱਚ ਸਾਇੰਸ, ਆਰਟਸ ਅਤੇ ਲੈਂਗੁਏਜਿਸ ਦੇ ਉੱਪਰ ਬੱਚਿਆਂ ਨੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕੀਤਾ ਹੈ, ਕਿਉਂਕਿ ਇਹਦੇ ਵਿੱਚ ਸਿੱਖਣ ਨੂੰ ਬੜਾ ਕੁਛ ਹੈ। ਅਤੇ ਸਾਡਾ ਇੱਕੋ ਹੀ ਮੋਟਿਵ ਸੀ, ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਜਦੋਂ ਇਸ ਸੰਸਥਾ ਨੂੰ ਆਰੰਭ ਕੀਤਾ, ਇੱਕੋ ਮੋਟਿਵ ਦੇ ਨਾਲ ਕਿ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਉਣਾ ਅਤੇ ਉੱਥੇ ਤੱਕ ਲੈ ਕੇ ਜਾਣਾ ਜਿੱਥੇ ਤੱਕ ਵੀ ਇੱਕ ਜਿਹੜੇ ਹੈਗੇ ਨਾ ਕਿ ਅਸੀਂ ਕਹੀਏ ਕਿ ਇੱਕ ਚੰਗੇ ਅਹੁਦਿਆਂ ਤੱਕ ਬੱਚੇ ਪਹੁੰਚ ਸਕਣ, ਪਰ ਉਹਦੇ ਨਾਲ ਨਾਲ ਉਹਨਾਂ ਕੋਲ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਹੋਣ, ਤਾਂ ਹੀ ਉਹ ਇੱਕ ਗੁਰੂ ਨਾਨਕ ਦੇਵ ਜੀ ਦੇ ਕਹਾਏ ਹੋਏ ਜਿਹੜੇ ਜੋ ਧਰਤੀ ਅਸੀਂ ਕਹਿੰਦੇ ਗੁਰੂਆਂ ਦੀ ਧਰਤੀ, ਉੱਥੋਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਨਾਲ ਅੱਗੇ ਵੱਧ ਸਕਣ। ਸੋ ਐਸੇ ਸਕੂਲ ਦੇ ਲਈ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਹੈ ਉਹ ਜ਼ਰੂਰ ਜਿਹੜੀ ਹੈ ਇਹਨੂੰ ਸਪੋਰਟ ਵੀ ਕਰੇ, ਅਤੇ ਸਾਡੀ ਜਿਹੜੀ ਵੈਬਸਾਈਟ ਹੈ www.educatepunjab.net 'ਤੇ ਜਾ ਕੇ ਜ਼ਰੂਰ ਸਾਨੂੰ ਤੁਸੀਂ ਉੱਥੇ ਹੋਰ ਵੀ ਐਕਟੀਵਿਟੀਜ਼ ਦੇਖ ਸਕਦੇ ਹੋ, ਪਲੱਸ ਅਗਰ ਤੁਸੀਂ ਸਾਨੂੰ ਸਪੋਰਟ ਕਰਨਾ ਚਾਹੋ ਜ਼ਰੂਰ ਤੁਸੀਂ ਉੱਥੇ ਜਾ ਕੇ ਸਪੋਰਟ ਕਰ ਸਕਦੇ ਹੋ ਜੀ। ਥੈਂਕ ਯੂ।